ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਾਂਗੇ ਦਿੱਲੀ ਵਾਲੇ ਦਾ ਦੀ ਪੱਖੀ ਸਿਆਸਤ ਦੀ। 177 ਦਿਨ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਅਰਵਿੰਦ ਕੇਜਰੀਵਾਲ ਦੇ ਇੱਕ ਐਲਾਨ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਕੇਜਰੀਵਾਲ ਨੇ 2 ਦਿਨ ਬਾਅਦ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਜਿਸ 'ਤੇ ਭਾਜਪਾ ਦੇ ਵੱਲੋਂ ਪਲਟਵਾਰ ਵੀ ਆਪਣੇ ਆਪ ਦੇ ਵਿੱਚ ਕੀਤਾ ਜਾ ਰਿਹਾ, ਕਿਉਂਕਿ ਜਿਸ ਤਰੀਕੇ ਦੇ ਨਾਲ ਐਲਾਨ ਕੀਤਾ ਗਿਆ ਅਤੇ ਇਹ ਵੀ ਐਲਾਨ ਪਾਰਟੀ ਦਫ਼ਤਰ ਦੇ ਵਿੱਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ, ਜਦੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਕਿ ਠੀਕ 2 ਦਿਨ ਬਾਅਦ ਉਹਨਾਂ ਦੇ ਵੱਲੋਂ ਸੀਐਮ ਦੀ ਕੁਰਸੀ ਛੱਡ ਦਿੱਤੀ ਜਾਵੇਗੀ, ਸੀਐਮ ਅਹੁਦੇ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਵੇਗਾ। ਅਰਵਿੰਦ ਕੇਜਰੀਵਾਲ ਜਿਹੜੇ ਕਿ ਲਗਾਤਾਰ 3 ਵਾਰ ਦੇ ਦਿੱਲੀ ਦੇ ਮੁੱਖ ਮੰਤਰੀ ਨੇ, ਦਿੱਲੀ ਦੇ ਸੀਐਮ ਨੇ, ਪਰਸੋਂ ਹੀ ਅਰਵਿੰਦ ਕੇਜਰੀਵਾਲ ਦੀ 177 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਰਿਹਾਈ ਹੁੰਦੀ ਹੈ ਅਤੇ ਉਸ ਤੋਂ ਬਾਅਦ 'ਚ 2 ਦਿਨ ਬਾਅਦ ਹੀ ਆਪਣੇ ਆਪ ਦੇ ਵਿੱਚ ਇਹ ਵੱਡਾ ਐਲਾਨ ਕਰ ਦਿੱਤਾ ਜਾਂਦਾ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ। ਅਤੇ ਅੱਜ ਗੱਲ ਉਸੇ ਐਲਾਨ ਦੀ ਕਰਾਂਗੇ ਜੋ ਭਾਵੇਂ ਦਿੱਲੀ ਦੇ ਵਿੱਚ ਅਤੇ ਦਿੱਲੀ ਲਈ ਹੋਇਆ, ਪਰ ਇਸ ਐਲਾਨ ਦੀ ਗੂੰਜ ਪੂਰੇ ਦੇਸ਼ ਦੇ ਵਿੱਚ ਸੁਣਾਈ ਦਿੱਤੀ। ਬੀਤੇ ਦਿਨੀ 177 ਦਿਨ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਅਤੇ ਜਿਸ ਨੂੰ ਲੈ ਕੇ ਭਾਜਪਾ ਨੇ ਉਹਨਾਂ 'ਤੇ ਪਲਟਵਾਰ ਕੀਤਾ ਹੈ, ਤਾਂ ਆਪਣੇ ਸਾਥੀਆਂ ਦਾ ਕੇਜਰੀਵਾਲ ਨੂੰ ਸਾਥ ਵੀ ਮਿਲਿਆ। ਗੱਲ ਉਹਨਾਂ ਨਾਵਾਂ ਦੀ ਵੀ ਕਰਾਂਗੇ ਜਿਨ੍ਹਾਂ ਦੀ ਚਰਚਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਕਥਿਤ ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਤੋਂ ਬੀਤੇ ਦਿਨੀ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ, ਜਿਸ 'ਤੇ ਭਾਜਪਾ ਨੇ ਤਿੱਖਾ ਪਲਟਵਾਰ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਨੇਤਾ ਕੇਜਰੀਵਾਲ ਦੇ ਸਮਰਥਨ ਦੇ ਵਿੱਚ ਉਤਰੇ। ਪਾਰਟੀ ਦਫ਼ਤਰ ਤੇ ਮੌਕਾ ਸੀ ਵਰਕਰਾਂ ਨਾਲ ਮਿਲਣੀ ਦਾ, ਜਿਸ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ 2 ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਭਾਜਪਾ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹਨਾਂ 'ਤੇ ਭ੍ਰਿਸ਼ਟਾਚਾਰੀ ਹੋਣ ਦੇ ਇਲਜ਼ਾਮ ਲਗਾਏ ਗਏ ਨੇ, ਜਿਸ ਦੇ ਲਈ ਉਹ ਘਰ ਘਰ ਜਾਣਗੇ ਅਤੇ ਉਦੋਂ ਤੱਕ ਕੁਰਸੀ 'ਤੇ ਨਹੀਂ ਬੈਠਣਗੇ ਜਦ ਤੱਕ ਜਨਤਾ ਆਪਣਾ ਫੈਸਲਾ ਨਹੀਂ ਸੁਣਾ ਦਿੰਦੀ। ਔਰ ਮੈਂ ਤਬ ਤੱਕ ਸੀਐਮ ਕੀ ਕੁਰਸੀ ਪੇ ਨਹੀਂ ਬੈਠੂੰਗਾ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ। ਮੈਂ ਜਨਤਾ ਕੇ ਬੀਚ ਮੇਂ ਜਾਊਂਗਾ, ਗਲੀ ਗਲੀ ਮੇਂ ਜਾਊਂਗਾ, ਘਰ ਘਰ ਮੇਂ ਜਾਊਂਗਾ, ਔਰ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ ਕਿ ਕੇਜਰੀਵਾਲ ਇਮਾਨਦਾਰ ਹੈ, ਤਬ ਤੱਕ ਮੈਂ ਸੀਐਮ ਕੀ ਕੁਰਸੀ ਕੇ ਉੱਪਰ ਨਹੀਂ ਬੈਠੂੰਗਾ। ਇਹਨੇ ਮੇਰੇ ਉੱਪਰ ਆਰੋਪ ਲਗਾਇਆ ਹੈ, ਇਹਨੇ ਆਰੋਪ ਲਗਾਇਆ ਹੈ ਕਿ ਕੇਜਰੀਵਾਲ ਚੋਰ ਹੈ, ਇਹਨੇ ਆਰੋਪ ਲਗਾਇਆ ਹੈ ਕੇਜਰੀਵਾਲ ਭ੍ਰਿਸ਼ਟਾਚਾਰੀ ਹੈ, ਇਹਨੇ ਆਰੋਪ ਲਗਾਇਆ ਹੈ ਕੇਜਰੀਵਾਲ ਨੇ ਭਾਰਤ ਮਾਤਾ ਕੇ ਸਾਥ ਧੋਖਾ ਕੀਆ ਹੈ, ਇਹ ਕਰਨੇ ਕੇ ਲੀਏ ਨਹੀਂ ਆਇਆ ਥਾ ਮੈਂ, ਸੱਤਾ ਸੇ ਪੈਸਾ ਔਰ ਪੈਸੇ ਸੇ ਸੱਤਾ ਇਸ ਖੇਲ ਕੇ ਖੇਲਨੇ ਕੇ ਲੀਏ ਮੈਂ ਨਹੀਂ ਆਇਆ ਥਾ, ਮੈਂ ਦੇਸ਼ ਕੇ ਲੀਏ ਕੁਛ ਕਰਨੇ ਕੇ ਲੀਏ ਆਇਆ ਥਾ। ਕੇਜਰੀਵਾਲ ਨੇ ਜਦੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤਾਂ ਪਾਰਟੀ ਵਰਕਰ ਸੀਟਾਂ 'ਤੇ ਅੱਗੇ ਖੜ੍ਹੇ ਹੋ ਗਏ ਅਤੇ ਕੇਜਰੀਵਾਲ ਨੂੰ ਅਜਿਹਾ ਨਾ ਕਰਨ ਦੀ ਗੁਹਾਰ ਲਗਾਈ। ਉੱਧਰ ਇਸ ਦੇ ਵਿਚਾਲੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕੇਜਰੀਵਾਲ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਅਤੇ ਕਿਹਾ ਕਿ ਕੇਜਰੀਵਾਲ ਕੋਈ ਬਲੀਦਾਨ ਨਹੀਂ ਕਰ ਰਹੇ, ਸਗੋਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਹੀ ਅਜਿਹਾ ਕਰ ਰਹੇ ਨੇ,
ਤੇ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ। ਅਰਵਿੰਦ ਕੇਜਰੀਵਾਲ ਜੀ ਆਪਕੋ ਅਹਿਸਾਨ ਨਹੀਂ ਕਰ ਰਹੇ, ਕੋਈ ਆਪ ਸੈਕਰੀਫਾਈਸ ਨਹੀਂ ਕਰ ਰਹੇ। ਮਾਨਯੋਗ ਸੁਪਰੀਮ ਕੋਰਟ ਨੇ ਆਪਕੀ ਜ਼ਮਾਨਤ ਮੇਂ ਲਿਖਾ ਹੈ ਕਿ ਆਪ ਮੁੱਖ ਮੰਤਰੀ ਕੁਰਸੀ ਸੇ ਦੂਰ ਰਹੇਂਗੇ, ਕੋਈ ਫਾਈਲ ਸਾਈਨ ਨਹੀਂ ਕਰ ਸਕਤੇ, ਇਸ ਲਈ ਆਪਕੇ ਪਾਸ ਵਿਕਲਪ ਨਹੀਂ ਹੈ। ਮਾਨਯੋਗ ਸੁਪਰੀਮ ਕੋਰਟ ਕੇ ਆਰਡਰ ਕੇ ਚਲਤੇ ਆਪਕੋ ਰਿਜ਼ਾਈਨ ਕਰਨਾ ਪੜ ਰਹਾ ਹੈ। ਔਰ ਆਪਨੇ ਕਹਾ ਮੈਂ ਜਨਤਾ ਕੇ ਬੀਚ ਮੇਂ ਜਾਊਂਗਾ, ਜਨਤਾ ਨੇ ਤੋ 3 ਮਹੀਨੇ ਪਹਿਲੇ ਹੀ ਆਪਕੋ ਫਰਮਾਨ ਸੁਣਾਇਆ ਹੈ। ਜਬ ਆਪਨੇ ਕਹਾ ਥਾ ਜੇਲ ਜਾਂ ਬੇਲ, ਲੋਗੋਂ ਨੇ ਕਹਾ ਜੇਲ, ਔਰ ਆਪਕੋ 7 ਸੀਟੋਂ ਪੇ ਹਰਾਇਆ ਔਰ ਵਾਪਸ ਜੇਲ ਭਿਜਵਾਇਆ। ਔਰ ਅਭੀ ਆਪ 2 ਦਿਨ ਕਾ ਸਮਾਂ ਕਿਉਂ ਮੰਗ ਰਹੇ ਹੈ? ਕਿਉਂਕਿ ਅਬ ਆਪ ਆਪਣੇ MLO ਕੋ ਯੇ ਜਤਾਨਾ ਚਾਹਤੇ ਹੈ ਕਿ ਮੇਰੀ ਧਰਮ ਪਤਨੀ ਕੋ ਮੁੱਖ ਮੰਤਰੀ ਬਣਾਓ, ਮੈਂ ਜਲਦੀ ਚੁਣਾਵ ਕਰਾ ਦੂੰਗਾ ਔਰ ਮੈਂ ਤੁਮੇ ਦੁਬਾਰਾ MLA ਬਣਵਾ ਦੂੰਗਾ, ਪਰ ਮੈਂ ਕਿਸੇ ਔਰ ਕੋ ਕੁਰਸੀ ਪੇ ਨਹੀਂ ਬਿਠਾਉਂਗਾ। ਭਾਜਪਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਸਮੇਤ ਕੇਂਦਰ ਸਰਕਾਰ ਨੂੰ ਵੀ ਘੇਰ ਲਿਆ ਤੇ ਕਿਹਾ ਕਿ ਪਿਛਲੇ 10 ਸਾਲ ਦੇ ਦੌਰਾਨ ਇਹਨਾਂ ਨੇ ਕਈ ਕੰਡੀਸ਼ਨਾਂ ਲਗਾਈਆਂ, ਸਰਕਾਰ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਪਾਈਆਂ, ਪਰ ਉਹਨਾਂ ਨੇ ਲੋਕਾਂ ਦੇ ਕੰਮ ਬੰਦ ਨਹੀਂ ਹੋਣ ਦਿੱਤੇ। ਆਪਕੀ ਅਦਾਲਤ ਮੈਂ ਆਇਆ ਹੂੰ, ਜਨਤਾ ਕੀ ਅਦਾਲਤ ਮੈਂ ਆਇਆ ਹੂੰ, ਆਪਸੇ ਪੁੱਛਣੇ ਕੇ ਲਿਏ ਆਇਆ ਹੂੰ, ਕਿਆ ਆਪ ਕੇਜਰੀਵਾਲ ਕੋ ਇਮਾਨਦਾਰ ਮਾਨਤੇ ਹੋ ਕਿ ਗੁਨਾਹਗਾਰ ਮਾਨਤੇ ਹੋ? ਮੈਂ ਦਿੱਲੀ ਕੀ ਜਨਤਾ ਸੇ ਪੁੱਛਣਾ ਚਾਹਤਾ ਹੂੰ, ਮੈਂ ਦੇਸ਼ ਕੀ ਜਨਤਾ ਸੇ ਪੁੱਛਣਾ ਚਾਹਤਾ ਹੂੰ ਕਿ ਕਿਆ ਕੇਜਰੀਵਾਲ ਇਮਾਨਦਾਰ ਹੈ ਕਿ ਗੁਨਾਹਗਾਰ ਹੈ? ਦੋਸਤੋ, 2 ਦਿਨ ਕੇ ਬਾਅਦ, ਆਜ ਸੇ 2 ਦਿਨ ਕੇ ਬਾਅਦ ਮੈਂ CM ਕੀ ਕੁਰਸੀ ਸੇ ਇਸਤੀਫਾ ਦੇਣੇ ਜਾ ਰਿਹਾ ਹੂੰ। ਭਾਜਪਾ ਨੂੰ ਘੇਰਦਿਆਂ ਅਰਵਿੰਦ ਕੇਜਰੀਵਾਲ ਨੇ ਜ਼ਿਕਰ ਦਿੱਲੀ ਦੀਆਂ ਚੋਣਾਂ ਦਾ ਵੀ ਕੀਤਾ ਤੇ ਮੰਗ ਕੀਤੀ ਕਿ ਅਗਲੇ ਸਾਲ ਫਰਵਰੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਤੁਰੰਤ ਮਹਾਰਾਸ਼ਟਰ ਦੇ ਨਾਲ ਨਵੰਬਰ ਦੇ ਵਿੱਚ ਹੀ ਕਰਵਾਇਆ ਜਾਵੇ। ਨਾਲ ਹੀ ਕਿਹਾ ਕਿ ਜੇ ਲੋਕ ਮੰਨਦੇ ਨੇ, ਕੋਈ ਇਮਾਨਦਾਰ ਨੇ, ਤਾਂ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾ ਦੇਣ। ਔਰ ਮੈਂ ਤਬ ਤੱਕ CM ਕੀ ਕੁਰਸੀ ਪੇ ਨਹੀਂ ਬੈਠੂੰਗਾ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ। ਮੈਂ ਜਨਤਾ ਕੇ ਬੀਚ ਮੇਂ ਜਾਊਂਗਾ, ਗਲੀ ਗਲੀ ਮੇਂ ਜਾਊਂਗਾ, ਘਰ ਘਰ ਮੇਂ ਜਾਊਂਗਾ, ਔਰ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ ਕਿ ਕੇਜਰੀਵਾਲ ਇਮਾਨਦਾਰ ਹੈ, ਤਬ ਤੱਕ ਮੈਂ CM ਕੀ ਕੁਰਸੀ ਕੇ ਉੱਪਰ ਨਹੀਂ ਬੈਠੂੰਗਾ। ਅਰਵਿੰਦ ਕੇਜਰੀਵਾਲ ਦੇ ਨੂੰ ਅਸਤੀਫੇ ਦੇ ਐਲਾਨ ਦੀ ਗੂੰਜ ਪੰਜਾਬ ਦੇ ਵਿੱਚ ਹੀ ਪਹੁੰਚੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 2 ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ। ਨਾਲ ਹੀ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਹ ਇਮਾਨਦਾਰ ਨੇ ਤਾਂ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਵੋਟ ਪਾਉਣ। ਇਹ ਗੱਲ ਇੱਕ ਇਮਾਨਦਾਰ ਤੇ ਲੋਕ ਪੱਖੀ ਸੋਚ ਵਾਲਾ ਲੀਡਰ ਹੀ ਕਹਿ ਸਕਦਾ ਹੈ। ਅਰਵਿੰਦ ਜੀ ਦੀ ਸੋਚ ਨੂੰ ਸਲਾਮ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰਾਘਵ ਚੱਡਾ ਤੇ ਹਰਪਾਲ ਚੀਮਾ ਵੀ ਕੇਜਰੀਵਾਲ ਦੇ ਸਮਰਥਨ ਦੇ ਵਿੱਚ ਉਤਰੇ। ਰਾਘਵ ਚੱਡਾ ਨੇ 2020 ਦੀਆਂ ਚੋਣਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਕੇਜਰੀਵਾਲ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਮੰਗਣਗੇ ਤੇ ਦਿੱਲੀ ਦੇ ਲੋਕ ਉਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਇਮਾਨਦਾਰ ਸਾਬਤ ਕਰਨਗੇ ਤੇ ਜਿਤਾ ਕੇ ਦਿੱਲੀ ਦੇ ਮੁੱਖ ਮੰਤਰੀ ਦਾ ਤਾਜ ਪਹਿਨਾਉਣਗੇ। ਤਾਂ ਉੱਧਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਤੇ ਕੇਜਰੀਵਾਲ ਨੂੰ ਝੂਠੇ ਇਲਜ਼ਾਮਾਂ ਦੇ ਵਿੱਚ ਜੇਲ੍ਹ ਭੇਜਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਕੇਜਰੀਵਾਲ ਦਾ ਐਲਾਨ ਭਾਜਪਾ ਦੇ ਲਈ ਚੁਣੌਤੀ ਹੈ। ਮੁੱਖ ਮੰਤਰੀ ਜੀ ਅਗਨੀ ਪਰੀਕਸ਼ਾ ਸੇ ਗੁਜ਼ਰਨੇ ਕੇ ਲਈ ਤਿਆਰ ਹੈ ਔਰ ਦਿੱਲੀ ਤੈਅ ਕਰੇਗੀ ਕਿ ਮੁੱਖ ਮੰਤਰੀ ਇਮਾਨਦਾਰ ਹੈ ਕਿ ਨਹੀਂ ਹੈ। ਅਰਵਿੰਦ ਕੇਜਰੀਵਾਲ ਜੀ ਨੇ 2020 ਮੇਂ ਕਾਮ ਕੇ ਨਾਮ ਪਰ ਵੋਟ ਮੰਗਾ ਥਾ ਔਰ ਕਹਾ ਕਿ ਅਗਰ ਮੈਨੇ ਕਾਮ ਕੀਆ ਹੈ ਤੋ ਮੁਝੇ ਵੋਟ ਦੇਣਾ, ਮੈਨੇ ਕਾਮ ਨਹੀਂ ਕੀਆ ਤੋ ਮੁਝੇ ਵੋਟ ਨਹੀਂ ਦੇਣਾ। ਆਜ ਉਨਪੇ ਤੋਮਤੇ ਲਗਾਏ ਗਈ, ਆਰੋਪ ਲਗਾਇਆ ਗਿਆ।
आज मुख्यमंत्री जी ने अपनी ईमानदारी की परीक्षा, अग्नि परीक्षा देने का फैसला लिया है। दिल्ली की जनता मुख्यमंत्री को ईमानदार घोषित करेगी झाड़ू का बटन दबाकर। और अब आने वाला 2025 का दिल्ली चुनाव, दिल्ली की जनता उस चुनाव के माध्यम से अपने मुख्यमंत्री को ईमानदार घोषित करेगी। देखो, भारतीय जनता पार्टी ने झूठे, एक झूठी स्टोरी बना के, एक झूठा केस बना के अरविंद केजरीवाल जी जेल च भेजा, देश जानदा गा, और देश की सर्वोच्च अदालत ने जमानत दिती। तो लोकतंत्र के अंदर, डेमोक्रेसी के अंदर लोग बड़े होंगे ने, क्योंकि लोगों ने चुन के भेजा सी, लोग डिसाइड करेंगे कि मैं सच्चा मैं झूठा। उन्होंने अज बड़ा ठोक के ऐलान किया कि जेकर मैं ईमानदार हाँ तो मैनू वोट दो, जे मैं बेईमान हाँ मैनू वोट ना दो। सो भारतीय जनता पार्टी की बहुत बड़ा चैलेंज है। तो भारतीय जनता पार्टी ने हुणे इलेक्शन जी है, क्योंकि इलेक्शन कमीशन भारतीय जनता पार्टी की केंद्र सरकार है, उन्होंने अंडर आउंदा गा, तो तुरंत जी इलेक्शन का नवंबर च ऐलान करना चाहिए ताकि पता लग जाए लोगों। ਤੇ ਹੁਣ ਜ਼ਿਕਰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਲੈ ਕੇ ਅਸਤੀਫੇ ਦੇ ਐਲਾਨ ਤੱਕ ਦਾ ਕਰ ਲੈਂਦੇ ਹਾਂ। 21 ਮਾਰਚ 2024 ਨੂੰ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ, ਤਾਂ 26 ਜੂਨ 2024 ਨੂੰ CBI ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ। 13 ਸਤੰਬਰ 2024 ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ, ਤਾਂ ਹੁਣ 15 ਸਤੰਬਰ ਨੂੰ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਤੌਰ 'ਤੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਬਿਊਰੋ ਰਿਪੋਰਟ, न्यूज 18 पंजाब। अरविंद केजरीवाल ने अस्तीफे का ऐलान किया तो सवाल उठे कि अगला मुख्यमंत्री कौन होगा। इसका फैसला भावें कि विधायक दल की बैठक में होगा, पर आतिशी गोपाल राय और सौरभ भारद्वाज के नाम चर्चा में ने। ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਇਹ ਸਵਾਲ ਉਦੋਂ ਪੈਦਾ ਹੋਇਆ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2 ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਤੇ ਜ਼ਿਕਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਵੀ ਕੀਤਾ ਤੇ ਕਿਹਾ ਕਿ ਸਿਸੋਦੀਆ ਤੇ ਵੀ ਉਹਨਾਂ ਵਰਗੇ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ। ਸਿਸੋਦੀਆ ਦਾ ਵੀ ਇਹ ਮੰਨਣਾ ਹੈ ਕਿ ਉਹ ਵੀ ਆਪਣੇ ਅਹੁਦੇ ਤੇ ਨਹੀਂ ਰਹਿਣਗੇ, ਜਨਤਾ ਦੀ ਕਚਹਿਰੀ 'ਚ ਜਾਣਗੇ ਤੇ ਚੋਣਾਂ ਜਿੱਤਣ ਤੋਂ ਬਾਅਦ ਹੀ ਅਹੁਦਾ ਸਾਂਭਣਗੇ। 2 ਦਿਨ ਬਾਅਦ ਵਿਧਾਇਕ ਦਲ ਦੀ ਮੀਟਿੰਗ ਹੋਏਗੀ ਜਿਸ ਦੇ ਵਿੱਚ ਅਗਲੇ ਮੁੱਖ ਮੰਤਰੀ ਦਾ ਨਾਂ ਤੈਅ ਹੋਵੇਗਾ। 2 ਦਿਨ ਕੇ ਬਾਅਦ ਮੈਂ ਆਪਣਾ ਅਸਤੀਫਾ ਦੂੰਗਾ। ਜਬ ਤੱਕ ਚੁਣਾਵ ਨਹੀਂ ਹੋਤੇ ਤਬ ਤੱਕ ਮੇਰੀ ਜਗ੍ਹਾ ਆਮ ਆਦਮੀ ਪਾਰਟੀ ਸੇ ਕੋਈ ਔਰ ਮੁੱਖ ਮੰਤਰੀ ਬਨੇਗਾ। ਅਗਲੇ 2-3 ਦਿਨ ਕੇ ਅੰਦਰ ਵਿਧਾਇਕ ਦਲ ਕੀ ਮੀਟਿੰਗ ਹੋਗੀ ਔਰ ਵਿਧਾਇਕ ਦਲ ਕੀ ਮੀਟਿੰਗ ਮੇ ਅਗਲੇ ਮੁੱਖ ਮੰਤਰੀ ਕੇ ਨਾਮ ਕਾ ਤੈਅ ਕੀਆ ਜਾਏਗਾ। ਮੈਂ ਮਨੀਸ਼ ਜੀ ਸੇ ਬਾਤ ਕਰ ਰਹਾ ਥਾ, ਜੋ ਪੀੜਾ ਮੇਰੇ ਮਨ ਮੇ ਹੈ ਵੋ ਪੀੜਾ ਮਨੀਸ਼ ਜੀ ਕੇ ਮਨ ਮੇ ਵੀ ਹੈ। ਇਨਕੇ ਲੀਏ ਵੀ ਵਹੀ ਸਭ ਕਹਾ ਗਿਆ ਜੋ ਮੇਰੇ ਲੀਏ ਕਹਾ ਗਿਆ ਹੈ। ਮਨੀਸ਼ ਜੀ ਕਾ ਵੀ ਕਹਿਣਾ ਹੈ ਕਿ ਇਹ ਦਿੱਲੀ ਕੇ ਉਪ ਮੁੱਖ ਮੰਤਰੀ ਔਰ ਸ਼ਿਕਸ਼ਾ ਮੰਤਰੀ ਔਰ ਮੰਤਰੀ ਕਾ ਪਦ ਤਭੀ ਸੰਭਾਲੇਂਗੇ ਜਬ ਦਿੱਲੀ ਕੀ ਜਨਤਾ ਕਹੇਗੀ ਕਿ ਮਨੀਸ਼ ਸਿਸੋਦੀਆ ਇਮਾਨਦਾਰ ਹੈ। ਤੋ ਮੈਂ ਔਰ ਮਨੀਸ਼ ਸਿਸੋਦੀਆ ਹਮ ਦੋਨੋ ਕਾ ਫੈਸਲਾ ਆਪਕੇ ਹੱਥ ਮੇ ਹੈ, ਜਨਤਾ ਕੇ ਹੱਥ ਮੇ ਹੈ। ਹਮ ਦੋਨੋ ਜਨਤਾ ਕੀ ਅਦਾਲਤ ਮੇ ਜਾ ਰਹੇ ਹੈ, ਗਲੀ ਗਲੀ ਜਾਏਂਗੇ, ਜਨਤਾ ਕੇ ਬੀਚ ਮੇ ਜਾਏਂਗੇ ਔਰ ਉਨਸੇ ਪੁੱਛੇਂਗੇ ਅਗਰ ਜਨਤਾ ਕਹੇਗੀ ਇਮਾਨਦਾਰ ਹੈ ਤੋ ਹਮ ਆਕੇ ਇਸਕੀ ਕੁਰਸੀ ਪੇ ਬੈਠੇਂਗੇ। ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਦੇ ਐਲਾਨ ਦਾ ਸਮਰਥਨ ਕੀਤਾ ਤੇ ਸੋਸ਼ਲ ਮੀਡੀਆ ਤੇ ਲਿਖਿਆ, ਮੈਂ ਇਮਾਨਦਾਰੀ ਦੇ ਨਾਲ ਕੰਮ ਕੀਤਾ ਪਰ ਮੇਰੇ ਤੇ ਟੁੱਚੀ ਸਿਆਸਤ ਦੇ ਤਹਿਤ ਝੂਠੇ ਇਲਜ਼ਾਮ ਲਾ ਕੇ ਮੈਨੂੰ ਬੇਈਮਾਨ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।
17 महीने झूठे इल्जाम च जेल च रखा गया। 2 साल की कानूनी लड़ाई तो बाद देश की सुप्रीम कोर्ट तक ने यह कह दिता कि जाओ अपना काम करो, पर मैं हाले उप मुख्यमंत्री अते सिख्या मंत्री की कुर्सी ते नहीं बैठांगा। मैं ते कुर्सियां ते औहदियां दे लालच लई सियासत नहीं आया। इस सब दे विचाले हुण सवाल उठ रहे ने कि अरविंद केजरीवाल तो बाद अगला मुख्यमंत्री कौन होएगा। सब तो अगे ना चल रहा है दिल्ली दे कैबिनेट मंत्री आतिशी दा, जिन्हां दे कोल वित्त मंत्रालय दा अहम विभाग है। सब तो पावरफुल मंत्री होण दे नाल उह अरविंद केजरीवाल दे भरोसे योग भी ने। आतिशी तो बाद सब तो वध चर्चा वातावरण मंत्री गोपाल राय दी है, जिन्हां दी पार्टी च वखरी पछाण है। उह हमेशा पार्टी दे संकट मोचक बन के उभरे ने। इस दे नाल ही सेहत मंत्री सौरभ भारद्वाज का नाम भी चर्चा दे विच है, जो केजरीवाल दे करीबी ने। केजरीवाल दे जेल जाण तो बाद उन्हां ने मोर्चा सांभिया ते पार्टी दा हर पासे पक्ष रख्या। किस दे सिर दिल्ली दे मुख्यमंत्री दा ताज सजेगा, इह तां आम आदमी पार्टी दी विधायक दल दी बैठक च सामने आवेगा। पर उस तो पहलां वख-वख नावां नूं लै के चर्चा दा बाज़ार गर्म जरूर है। ब्यूरो रिपोर्ट, न्यूज़ 18, पंजाब। ਤਾਂ ਆਮ ਆਦਮੀ ਪਾਰਟੀ ਜਿਸ ਦੀ ਸਾਲ 2013 ਦੇ ਵਿੱਚ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਪ੍ਰੀਖਿਆ ਹੋਈ ਅਤੇ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਅਤੇ ਫਿਰ ਹੌਲੀ ਹੌਲੀ ਦੇਸ਼ ਦੇ ਸਿਖਰਲੇ ਸਿਆਸਤਦਾਨਾਂ ਦੇ ਵਿੱਚ ਸ਼ਾਮਲ ਹੋ ਗਏ। ਅਤੇ ਹੁਣ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਸਿਰ 'ਤੇ ਨੇ ਤਾਂ ਇਸ ਤੋਂ ਠੀਕ ਪਹਿਲਾਂ ਵੱਡਾ ਦਾਅ ਖੇਡਦਿਆਂ ਸਭ ਨੂੰ ਹੈਰਾਨ ਕਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਅਜਿਹਾ ਕਾਰਡ ਖੇਡਿਆ ਕਿ ਸਭ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਆਪਣੇ ਫੈਸਲਿਆਂ ਦੇ ਨਾਲ ਕਈ ਵਾਰ ਜਨਤਾ ਨੂੰ ਸੋਚਾਂ ਵਿੱਚ ਪਾ ਚੁੱਕੇ ਨੇ। ਦਿੱਲੀ 'ਚ ਆਪਦਾ ਹੁਣ ਤੱਕ ਦਾ ਪ੍ਰਦਰਸ਼ਨ ਵਿਰੋਧੀਆਂ ਨੂੰ ਫਿਕਰਾਂ ਵਿੱਚ ਪਾ ਚੁੱਕਾ। ਦੇਸ਼ ਦੀ ਰਾਜਧਾਨੀ ਦਿੱਲੀ, ਜੋ ਕਿਸੇ ਵੇਲੇ ਕਾਂਗਰਸ ਬੀਜੇਪੀ ਦਾ ਗੜ੍ਹ ਰਹੀ ਅਤੇ ਆਖਿਰਕਾਰ ਰਵਾਇਤੀ ਪਾਰਟੀਆਂ ਦਾ ਗੜ੍ਹ ਤੋੜਨ ਦੇ ਵਿੱਚ ਆਪ ਕਾਮਯਾਬ ਰਹੀ। ਲੰਬੇ ਅੰਦੋਲਨ ਤੋਂ ਬਾਅਦ ਪਾਰਟੀ ਦਾ ਜਨਮ ਹੋਇਆ ਅਤੇ ਆਮ ਆਦਮੀ ਪਾਰਟੀ ਦੀ ਚੋਣਾਂ ਦੇ ਵਿੱਚ ਪਹਿਲੀ ਪ੍ਰੀਖਿਆ ਹੋਈ 2013 ਵਿੱਚ, ਜਦੋਂ ਆਪ ਚੋਣ ਮੈਦਾਨ ਦੇ ਵਿੱਚ ਨਿਤਰੀ ਤਾਂ 28 ਸੀਟਾਂ ਜਿੱਤ ਕੇ ਦੂਜੀ ਵੱਡੀ ਪਾਰਟੀ ਬਣ ਕੇ ਉੱਭਰੀ। ਹਾਲਾਂਕਿ ਬਹੁਮਤ ਹਾਸਲ ਨਹੀਂ ਹੋ ਸਕਿਆ ਤਾਂ 8 ਸੀਟਾਂ ਜਿੱਤਣ ਵਾਲੀ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਨੇ ਹੱਥ ਮਿਲਾ ਕੇ ਸਰਕਾਰ ਬਣਾਈ ਅਤੇ 28 ਦਸੰਬਰ 2013 ਨੂੰ ਕੇਜਰੀਵਾਲ ਪਹਿਲੀ ਵਾਰ ਮੁੱਖ ਮੰਤਰੀ ਬਣੇ। ਹਾਲਾਂਕਿ ਗੱਠਜੋੜ ਵਾਲੀ ਸਰਕਾਰ ਜ਼ਿਆਦਾ ਲੰਬੀ ਨਹੀਂ ਚੱਲ ਸਕੀ। 49 ਦਿਨਾਂ ਬਾਅਦ ਕੇਜਰੀਵਾਲ ਨੇ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਫਿਰ 2015 ਦੇ ਵਿੱਚ ਆਪ ਮੈਦਾਨ ਦੇ ਵਿੱਚ ਨਿਤਰੀ ਤਾਂ 67 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕੀਤਾ ਅਤੇ 14 ਫਰਵਰੀ 2015 ਨੂੰ ਕੇਜਰੀਵਾਲ ਦੂਜੀ ਵਾਰ ਸੀਐਮ ਬਣੇ। ਅਤੇ ਫਿਰ ਤੀਜੀ ਵਾਰ ਆਪ ਦੀ ਪ੍ਰੀਖਿਆ ਹੋਈ 2020 'ਚ, ਆਪ ਨੂੰ 62 ਸੀਟਾਂ ਹਾਸਲ ਹੋਈਆਂ ਅਤੇ ਅਰਵਿੰਦ ਕੇਜਰੀਵਾਲ 16 ਫਰਵਰੀ 2020 ਨੂੰ ਲਗਾਤਾਰ ਤੀਜੀ ਵਾਰ ਸੀਐਮ ਬਣੇ। ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਰੁਤਬਾ ਹਾਸਲ ਹੈ। ਦੇਸ਼ ਭਰ ਦੇ ਵਿੱਚ ਪਾਰਟੀ ਦੀ ਹੋਂਦ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ 62 ਵਿਧਾਇਕਾਂ ਦੇ ਨਾਲ ਦਿੱਲੀ 'ਚ ਸੱਤਾ ਵਿੱਚ ਹੈ। ਪੰਜਾਬ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਦੇ 92 ਵਿਧਾਇਕ ਜਿੱਤੇ ਅਤੇ ਆਪ ਦੀ ਸਰਕਾਰ ਬਣੀ। ਕੁੱਲ ਮਿਲਾ ਕੇ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ 161 ਵਿਧਾਇਕ ਨੇ। ਉੱਥੇ ਦਿੱਲੀ ਅਤੇ ਚੰਡੀਗੜ੍ਹ 'ਚ ਆਪ ਦਾ ਮੇਅਰ ਹੈ ਅਤੇ ਆਮ ਆਦਮੀ ਪਾਰਟੀ ਦੇ ਕੁੱਲ 13 ਸੰਸਦ ਮੈਂਬਰ ਨੇ। ਤਾਂ ਹੁਣ ਜਦੋਂ ਫਰਵਰੀ 2025 ਦੇ ਵਿੱਚ ਮੁੜ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤਾਂ ਇਸ ਤੋਂ ਠੀਕ ਪਹਿਲਾਂ ਵੱਡਾ ਦਾਅ ਖੇਡਿਆ। ਸੀਐਮ ਦੇ ਅਹੁਦੇ ਤੋਂ ਸੁਰਖਰੂ ਹੋਣ ਦਾ ਅਰਵਿੰਦ ਕੇਜਰੀਵਾਲ ਨੇ ਐਲਾਨ ਕਰ ਦਿੱਤਾ। ਹਾਲਾਂਕਿ ਜਦੋਂ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਉਸ ਦੌਰਾਨ ਵੀ ਬੀਜੇਪੀ ਨੇ ਕਈ ਵਾਰ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਕੀਤੀ। ਆਖਰ ਜੇਲ੍ਹ ਦੇ ਵਿੱਚ ਰਹਿੰਦਿਆਂ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਕਿਉਂ ਨਹੀਂ ਦਿੱਤਾ, ਇਸ ਦਾ ਵੀ ਉਹਨਾਂ ਨੇ ਜਵਾਬ ਦਿੱਤਾ।
ये लोग पूछते हैं कि केजरीवाल जब जेल में था इसने इस्तीफा क्यों दिया, क्यों नहीं दिया? जेल में से सीएम के पद से इस्तीफा क्यों नहीं दिया? मैंने इस्तीफा इसलिए नहीं दिया क्योंकि मैं देश के जनतंत्र को बचाना चाहता था। इन्हें जो इतने फॉर्मूले बना रखे हैं, एमएलए तोड़ दो, पार्टियां तोड़ दो, एमएलए खरीद लो, डरा दो, अब एक फॉर्मूला और इन्होंने नया बनाया है। जहां जहां ये चुनाव हारे वहां वहां के मुख्यमंत्री पे फर्जी केस करके उसको गिरफ्तार कर लो और उसकी सरकार गिरा दो। मैं जेल में गया अभी 10 दिन पहले, सुप्रीम कोर्ट की एक बेंच ने पूछा सरकार से कि जेल के अंदर से सरकार क्यों नहीं चल सकती। बड़ा आप लोगों ने अखबार में, सुप्रीम कोर्ट ने पूछा है केंद्र सरकार से कि जेल के अंदर से सरकार क्यों नहीं चल सकती, तो जेल के अंदर से सरकार साबित कर दिया हमने। सो दिल्ली विधानसभा चुनाव के करीब 5 महीने बाकी बचे ने, तो इस तो पहला वड्डा कार्ड खेडिया गया। खैर केजरीवाल का चुनाव तो पहला खेडिया यह दाग कितना रंग लिया है यह तो वक्त ही दसेगा। ब्यूरो रिपोर्ट, न्यूज 18 पंजाब। खैर अरविंद केजरीवाल के वालों ऐलान कर दिया गया कि 2 दिन बाद उन्होंने वालों सीएम अहुदे तो इस्तीफा दिता जाएगा। तो हम अगला सवाल है कि आखिरकार दिल्ली का अगला मुख्यमंत्री, अगला सीएम कौन होगा? खबरों का प्राइम टाइम के इन्ना ही, इजाजत दो, धन्यवाद।